ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਰਾਜ ਵਿਗਿਆਨ ਸਮੇਲਨ ਦਾ ਅੱਜ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਨਗੇ ਵਿਦੇਸ਼ ਮੰਤਰਾਲੇ ਅਨੁਸਾਰ ਭਾਰਤ ਅਤੇ ਚੀਨ ਦੇ ਫੌਜੀ ਸੋਮਵਾਰ ਤੱਕ ਗੋਗਰਾ ਹੌਟਸਪਿੰਗ ਤੋਂ ਪੂਰੀ ਤਰ੍ਹਾਂ ਹਟ ਜਾਣਗੇ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਫੌਜ ਸੈਨਾ ਅਤੇ ਹਵਾਈ ਸੈਨਾ ਨੇ ਕੀਤਾ ਅਭਿਆਸ ਨਰਮੇਦੀ ਫਸਲ ਤੇ ਆੜਤ ਬਾਰੇ ਫੈਸਲਾ ਲੈਣ ਲਈ ਨਵ ਮੈਂਬਰੀ ਕਮੇਟੀ ਦਾ ਗਠਨ ਮੰਗਲ ਮੰਤਰੀ ਮੰਡਲ ਵੱਲੋਂ ਕਾਲਜਾਂ ਤੇ ਯੂਨੀਵਰਸਟੀਆਂ ਦੇ ਅਧਿਆਪਕਾਂ ਲਈ ਯੂਜੀਸੀ ਦੇ ਤਨਖਾਸ਼ ਦੇ ਲਨ ਨੂੰ ਪ੍ਰਵਾਨ ਕੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਂਦਰ ਰਾਜ ਵਿਗਿਆਨ ਸਿਮੇਲਨ ਦਾ ਅੱਜ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਨਗੇ ਇਸ ਮਿਲਨ ਸਾਇੰਸ ਸਿਟੀ ਅੰદાવાદ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਇੱਕ ਜਨਸਭਾ ਨੋਬੀ ਸੰਬੋਧਨ ਕਰਨਗੇ ਇਸ ਦਾ ਮੰਤਵ ਵਿਦੇਸ਼ ਵਿੱਚ ਨਵਚਾਰ ਅਤੇ ਉਦਮਤਾ ਨੂੰ ਸੁਖਾਲਾ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਅਨੁਕੂਲ ਹੋ ਰਹੀਏ ਇਸ ਵਿੱਚ ਦੇਸ਼ ਭਰ ਦੇ ਵਿਗਿਆਨ ਟੈਕਨੋਲੋਜੀ ਅਤੇ ਨਵਾਂਚਾਰ ਨੂੰ ਗਤੀਸ਼ੀਲ ਬਣਾਉਣ ਵਾਸਤੇ ਸਹਿਕਾਰੀ ਸੰਘਵਾਦੀ ਭਾਵਨਾ ਵਿੱਚ ਕੇਂਦਰ ਰਾਜ ਤਾਲਮਿਲ ਅਤੇ ਸਹਿਯੋਗ ਪ੍ਰਣਾਲੀ ਮਜ਼ਬੂਤ ਹੋਵੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ਤੀ ਦੇ ਪ੍ਰਬੰਧਕ ਨਿਰਦੇਸ਼ਕ ਕ੍ਰਿਸ ਦਲਿਤਾ ਜਰ ਜੀਵਨ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ ਰਾਸ਼ਟਰਪਤੀ ਮੁਰਬੂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾਕੋਸ਼ ਅਤੇ ਵਿਸ਼ਵ ਬੈਂਕ ਵਰਗੀਆਂ ਸੰਸਥਾਵਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਘਾਟਾ ਆਮਦਨ ਵਾਲੇ ਦੇਸ਼ਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਪ੍ਰਣਾਲੀ ਨੂੰ ਸਥਿਰ ਬਣਾਈ ਰੱਖਣ ਵਿੱਚ ਆਈ ਐਮ ਐਫ ਦੀ ਅਹਿਮ ਭੂਮਿਕਾ ਹੈ ਰਾਸ਼ਟਰਪਤੀ ਮੁਰਬੂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਤੇਜ਼ੀ ਨਾਲ ਵਧ ਰਹੇ ਪ੍ਰਮੁੱਖ ਆਚਾਰੀਆਂ ਵਿੱਚੋਂ ਇੱਕ ਕੇ ਭਾਰਤ ਵਿੱਚ 2023 ਚ ਹੋਣ ਵਾਲੇ G20 ਸਿਖਰ ਸੰਮੇਲਨ ਬਾਰੇ ਮੁਰਮੂ ਨੇ ਯਕੀਨ ਪ੍ਰਗਟਾਇਆ ਕਿ ਭਾਰਤ ਦੀ ਅਗਵਾਈ ਦੌਰਾਨ G20 ਮੰਚ ਸਾਰਿਆਂ ਲਈ ਅਮਨ ਤੇ ਖੁਸ਼ਹਾਲ ਵਿਸ਼ਵ ਦੇ ਨਿਰਮਾਣ ਦੀ ਸੋਚ ਨਾਲ ਅੱਗੇ ਵਧੇਗਾ। ਕੇਂਦਰੀ ਸੂਚਨਾ ਤੇ ਪ੍ਰਚਾਰ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਵਿਕਸਤ ਨਮੂਲਕ ਲਈ ਹਰ ਵਿਅਕਤੀ ਅਤੇ ਹਰ ਸੂਬੇ ਦੀ ਬੜੀ ਜ਼ਰੂਰਤ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਸੁਜਾਨਪੁਰ ਟੇਰਾ ਵਿੱਚ ਇੱਕ ਸਮਾਗਮ ਦੌਰਾਨ ਉਹਨਾਂ ਇਹ ਗੱਲ ਆਖੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਸੁਸ਼ਾਸਨ ਸਥਾਪਿਤ ਕੀਤਾ ਹੈ ਜਿਸ ਤਰ੍ਹਾਂ ਅਸੀਂ ਵਿਕਸਿਤ ਮੁਲਕ ਬਣ ਵੱਲ ਵਧ ਰਹੇ ਸਕਦੇ ਹਾਂ ਇਮਾਨਦਾਰੀ ਕੇ ਸਾਥ ਸਰਕਾਰਾਂ ਚਲਾਣੀ ਹੋਗੀ ਹਰ ਰਾਜ ਨੂੰ ਆਪਣੀ ਭੂਮਿਕਾ ਨਿਭਾਣੀ ਹੋਗੀ आज मैं कह सकता हूँ सकता हूँ आठ साल पहले हमने हाथ जोड़े थे आपके आगे एक बार मोदी जी की सरकार बना दो हम भ्रष्टाचार मुक्त शासन आपको देंगे सुशासन युक्त सरकार देंगे आज आठ साल के बाद इसी ऐतिहासिक चौगान के मैदान पर कह रहा हूँ जहां पर नरेंद्र मोदी जी ने आज तक की सबसे बड़ी रैली की थी आज मैं कह सकता हूँ आठ साल में कोई एक ਕਾਲੇ ਦਾ આરોપી ਨਰਿੰਦਰ ਮੋਦੀ ਦੀ ਸਰਕਾਰ ਪਰ ਰਹੀ ਲਗਾ ਪਾਇਆ ਹੈ ਬਰਤਾਨੀਆ ਦੀ ਮਹਾਰਾਣੀ ਐਲਜ਼ਾਬੈਥ 2 ਦਾ ਦੇਹਾਂਤ ਹੋ ਗਿਆ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ 96 ਸਾਲ ਦੀ ਐਲਜ਼ਾਬੈਥ 70 ਵਰਿਆਂ ਤੋਂ ਵੀ ਵੱਧ ਸਮੇਂ ਤੱਕ ਬਰਤਾਨੀਆ ਦੇ ਮਹਾਰਾਣੀ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਐਲਜਾਬੈਥ 2 ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਇੱਕ ਪ੍ਰੇਰਣਾਵਲੀ ਅਗਵਾਈ ਪ੍ਰਦਾਨ ਕੀਤੀ ਮਹਾਰਾਣੀ ਨਾਲ 2015 ਤੇ 2018 ਵਿੱਚ ਹੋਈਆਂ ਯਾਦਗਾਰੀ ਮੀਟਿੰਗਾਂ ਨੂੰ ਮੁੜ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਮਹਾਰਾਣੀ ਦੇ ਪਰਿਵਾਰ ਤੇ ਬਰਤਾਨੀਆ ਦੇ ਲੋਕਾਂ ਨਾਲ ਆਪਣੀ ਭਾਵਨਾਵਾਂ ਸਾਂਝੀਆਂ ਕਰਦੇ ਨੇ ਇਸ ਦੌਰਾਨ ਸਰਕਾਰ ਨੇ ਮਹਾਰਾਣੀ ਐਲਜਾਬੈਥ 2 ਦੇ ਦੇਹਾਂਤ ਤੇ ਭਾਰਤ ਵਿੱਚ 11 ਸਤੰਬਰ ਨੂੰ ਰਾਸ਼ਟਰੀ ਸ਼ੋਗ ਦਾ ਐਲਾਨ ਕੀਤਾ ਹੈ ਇਸ ਮੌਕੇ ਸਾਰੀਆਂ ਸਰਕਾਰੀ ਇਮਾਰਤਾਂ ਤੇ ਕੌਮੀ ਝੰਡਾ ਅੱਧਾ ਚੁਕਿਆ ਰਹੇਗਾ ਭਾਰਤ ਨੇ ਕਿਹਾ ਕਿ ਗੋਗਰਾ ਹੌਟ ਸਪ੍ਰਿੰਗ ਵਿੱਚ ਗਤੀਰੋਧ ਦੇ ਹੱਲ ਨਾਲ ਭਾਰਤ ਤੇ ਚੀਨ ਗੱਲਬਾਤਾਂ ਹੀ ਅੱਗੇ ਵਧਣ ਲਈ ਸਹਿਮਤ ਹੋਏ ਨੇ ਵਿਦੇਸ਼ ਮੰਤਲਿਆ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੋਵੇਂ ਪੱਖ ਅਸਲ ਕੰਟਰੋਲ ਰੇਖਾ ਦੇ ਨਾਲ ਬਾਕੀ ਮੁੱਦਿਆਂ ਨੂੰ ਹੱਲ ਕਰਨ ਅਤੇ ਭਾਰਤ-ਚੀਨ ਸਰਦੀ ਖੇਤਰਾਂ ਵਿੱਚ ਅਮਨ ਅਤੇ ਸਥਿਰਤਾ ਬਹਾਲ ਕਰਨ ਉੱਪਰ ਵੀ ਸਹਿਮਤ ਹੋਏ ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ 16ਵੇਂ ਗੇੜ ਦੀ ਗੱਲਬਾਤ ਇਸ ਸਾਲ ਜੁਲਾਈ ਵਿੱਚ ਹੋਈ ਸੀ ਬਾਕਤੀ ਨੇ ਕਿਹਾ ਕਿ ਸਮਝੌਤੇ ਮੁਤਾਬਕ ਇਸ ਖੇਤਰ ਵਿੱਚ ਕੱਲ ਸਵੇਰ ਤੋਂ ਫੌਜੀਆਂ ਦੇ ਪਿੱਛੇ ਹਟਣ ਦਾ ਅਮਲ ਸ਼ੁਰੂ ਹੋਇਆ ਸੀ ਤੇ ਇਹ ਅਮਲ 12 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ ਦੋਵੇਂ ਧਿਰਾਂ ਖੇਤਰ ਵਿੱਚ ਬਣਾਏ ਗਏ ਸਾਰੇ ਆਰਜੀ ਢਾਂਚੇ ਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਤੋੜਨ ਉੱਪਰ ਵੀ ਸਹਿਮਤ ਹੋਏ ਨੇ ਭਾਰਤੀ ਹਥਿਆਰਬੰਦ ਬਲਾਂ ਦੀ ਤਾਕਤ ਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਾਂ ਫੌਜ ਦੀ ਖੜਗਾ ਨੇ ਗगन ਸਟ੍ਰਾਈਕ ਦਾ ਯੋਜਨ ਕੀਤਾ ਇਹ ਭਾਰਤੀ ਫੌਜ ਅਤੇ ਹਵਾਈ ਫੌਜ ਵਿਚਾਲੇ ਇੱਕ ਸੰਯੁਕਤ ਅਭਿਆਸੀ ਅਭਿਆਸ ਚਾਰ ਦਿਨਾਂ ਦੀ ਮਿਆਦ ਵਿੱਚ ਕੀਤਾ ਗਿਆ ਅਭਿਆਸ ਨੇ ਪਾਚ 64ਈ ਅਤੇ ਐਡਵਾਂਸਡ ਲਾਈਟ ਹੈਲੀਕਾਪਟਰ ਡਬਲਯੂਐਸਆਈ ਨੂੰ ਤਾਕਤਵਰ ਹਥਿਆਰ ਡਿਲੀਵਰੀ ਪਲੇਟਫਾਰਮ ਵਜੋਂ ਮਾਨਤਾ ਦਿੱਤੀ ਇਹਨਾਂ ਮਸ਼ੀਨਾਂ ਨੂੰ ਜ਼ਮੀਨੀ ਕਰਮਚਾਰੀ ਨਾਲ ਜੋੜਨ ਤੇ ਸਾਡੀਆਂ ਫੌਜਾਂ ਦੀ ਯੁੱਧ ਕਲਾ ਦੀ ਉਤਮਤਾ ਹੋਰ ਵਧੀਏ ਅਭਿਆਸ ਵਿੱਚ ਥਲ ਸੈਨਾ ਦੇ ਮਸ਼ੀਨੀ ਕਾਲਮ ਦੇ ਤਾਲਮੇਲ ਨਾਲ ਹਮਲਾਵਰ ਹੈਲੀਕਾਪਟਰਾਂ ਵੱਲੋਂ ਫਾਇਰ ਪਾਵਰ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਖੜਗਾ ਕੋਰਪਸ ਦੇ ਜਨਰਲ ਆਫਸਿੰਗ ਕਮਾਂਡੈਂਟ ਲੈਫਟਨੈਂਟ ਜਨਰਲ ਪਤੀਕ ਸ਼ਰਮਾ ਨੇ ਇਸ ਅਭਿਆਸ ਦੀ ਅਗਵਾਈ ਕੀਤੀ ਪਛਮੀ ਕਮਾਂਡ ਦੇ ਜੀਓਸੀਐਨਸੀ ਲੈਫਟਨੈਂਟ ਜਨਰਲ ਨਵਕੇ ਖੰਡੂਰੀ ਨੇ ਇਸ ਜੋਗਤ ਅਭਿਆਸ ਨੂੰ ਦੇਖਿਆ ਤੇ ਲੜਾਕੂ ਸੈਨਾਵਾਂ ਨੂੰ ਅਜੀਆਂ ਤਾਰਨਾਵਾਂ ਵਿਕਸਿਤ ਕਰਨਾ ਜਾਰੀ ਰੱਖਣ ਦੇ ਨਾਲ ਨਾਲ ਪਛਮੀ ਸਰਦਾਂ ਤੇ ਕਿਸੇ ਵੀ ਸੰਕਟ ਦਾ ਮੁਕਾਬਲਾ ਕਰ ਲਈ ਤਿਆਰ ਰਹਿਣ ਦੀ ਤਾਕੀਦ ਕੀਤੀ ਭਾਰਤੀ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਦੀ ਅਗਵਾਈ ਹੇਠ ਅਗਨੀ ਪਾਨ ਬ੍ਰਿਗੇਡ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਸਲ ਉਤਾਰ ਵਿਖੇ ਪਰਮ ਵੀ ਚੱਕਰ ਪ੍ਰਾਪਤ ਸ਼ਹੀਦ ਅਬਦੁਲ ਹਮੀਦ ਦੀ 57ਵੀਂ ਵਰ੍ਹੇਮੰ aí ਗਈ ਇਸ ਮੌਕੇ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਨੇ ਬਹਾਦਰ ਸ਼ਹੀਦ ਦੀ ਸਮਾਦੀ ਤੇ ਗਾਰਡ ਆਫ ਆਨਰ ਨਾਲ ਫੁੱਲ ਮਾਲਾ ਵਾਪੇਟ ਕੀਤਿਆਂ ਇਸ ਦੌਰਾਨ ਵਿਧਾਇਕ ਸਰਵਨ ਸਿੰਘ ਤੁਨ ਫੌਜੀ ਅਧਿਕਾਰੀਆਂ ਜਵਾਨਾਂ ਤਰਨਤਾਰਨ ਦੇ ਡੀਸੀ ਐਸਐਸਪੀ BSF ਫੋਰ ਦੇ DIG ਅਤੇ ਸਥਾਨਕ ਲੋਕਾਂ ਨੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਨਾਇਕਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਟ ਕੀਤੀ। ਇਹ ਦਿਨ ਅਸਲ ਉਤਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਕਰਕੇ ਯੋਕਾ ਕੀ ਅਸਲ ਉਤਾਰ ਦੀ ਲੜਾਈ 1935 ਭਾਰਤ-ਪਾਕ ਜੰਗ ਦੌਰਾਨ ਲੜੀਆਂ ਗਈਆਂ ਸਭ ਤੋਂ ਵੱਡੀਆਂ ਟੈਂਕ ਲੜੀਆਂ ਵਿੱਚੋਂ ਇੱਕ ਸੀ। 8 ਤੋਂ 10 ਨਵੰਬਰ ਤੱਕ ਇਸ ਲੜਾਈ ਦੌਰਾਨ ਪਾਕਿਸਤਾਨੀ ਫੌਜ ਦੇ ਟੈਂਕ ਅਤੇ ਪੈਦਲ ਸੈਨਾਨ ਦੇ ਕੇਮਕਰਨ ਸ਼ਹਿਰ ਤੱਕ ਭਾਰਤੀ ਖੇਤਰ ਵਿੱਚ ਦਾਖਲ ਕੀਤਾ ਗਿਆ ਸੀ ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜ ਦੇ ਲਗਭਗ 93 ਪੈਟਰਨ ਟੈਂਕਾਂ ਨਸ਼ਟ ਕੀਤੇ ਤੇ ਉਹਨਾਂ ਤੇ ਕਬਜ਼ਾ ਕਰ ਲਿਆ ਇਸ ਇਲਾਕੇ ਨੂੰ ਪੈਟਰਨ ਟੈਂਕਾਂ ਦਾ ਕਬਰਿਸਤਾਨ ਵੀ ਕਿਹਾ ਜਾਂਦਾ ਹੈ ਭਾਰਤ ਗੰਤਾ ਪਾਰਟੀ ਨੇ ਪੰਜਾਬ ਚ ਮੇਰ 1500 ਬੰ ਲਈ ਪਾਰਟੀ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ ਪਾਰਟੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਪਾਰਟੀ ਮਾਮਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਹੈ ਪਾਰਟੀ ਦੇ ਕੌਮੀ ਜਨਸਿਕਤਾ ਤਰਨ ਚੋਗ ਨੂੰ ਤੇਲੰਗਾਨਾ ਸੂਬੇ ਦਾ ਇੰਚਾਰਜ ਬਣਾਇਆ ਗਿਆ ਹੈ ਪੰਜਾਬ ਸਰਕਾਰ ਨਰਮੇ ਦੀ ਫਸਲ ਤੇ ਆੜਤ ਬਾਰੇ ਫੈਸਲਾ ਲੈਣ ਲਈ ਨਵਾਂ ਮੈਂਬਰੀ ਕਮੇਟੀ ਦਾ ਗਠਨ ਕਰੇਗੀ ਇਹ ਫੈਸਲਾ ਚੰਡੀਗੜ੍ਹ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨਾਲ ਆੜਤੀਆਂ ਕਿਸਾਨਾਂ ਅਤੇ ਨਰਮਾ ਮਿਲ ਮਾਲਕਾਂ ਦੀ ਹੋਈ ਇੱਕ ਮੀਟਿੰਗ ਦੌਰਾਨ ਲਿਆ ਗਿਆ ਇਸ ਮੀਟਿੰਗ ਵਿੱਚ ਸਰਕਾਰ ਦੇ ਤਿੰਨ ਨੁਮਾਇੰਦਿਆਂ ਤੋਂ ਇਲਾਵਾ ਆੜਤੀਆਂ ਨਰਮਕਸਾਨਾ ਤੇ ਕਪਾਹ ਫੈਕਟਰੀਆਂ ਦੇ ਦੋ-ਦੋ ਨੁਮਾਇੰਦੇ ਸ਼ਾਮਲ ਹੋਣਗੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਲਈ ਤੁਰੰਤ ਮਹਿੰਮਾ ਚਲਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਬਿਨਾਂ ਐਮਐਸਪੀ ਫਸਲਾਂ ਲਈ ਫਿਲਹਾਲ ਲੈਂਡ ਮੈਪਿੰਗ ਤੇ ਆਨਲਾਈਨ ਖਰੀਦ ਲਾਗੂ ਨਾ ਕਰਨ ਸੰਬੰਧੀ ਫੈਸਲਾ ਲਿਆ ਗਿਆ ਹੈ ਪੰਜਾਬ ਮੰਤਰੀ ਮੰਡਲ ਨੇ ਸੂਬੇ ਦੀਆਂ ਯੂਨੀਵਰਸਿਟੀਆਂ ਸਰਕਾਰੀ ਕਾਲਜਾਂ ਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਮਤਲਬ ਅਕੋ ਯੂਜੀਸੀ ਦੇ ਤਨਖਾਹ ਸਕੇਲ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੱਲ੍ਹ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਅਧਿਆਪਕਾਂ ਅਤੇ ਬਰਾਬਰ ਦੇ ਕਾਡਰ ਵਿੱਚ ਕੰਮ ਕਰਨ ਵਾਲਿਆਂ ਦੀ ਚਿਰਕੂਣੀ ਮੰਗ ਪੂਰੀ ਕਰਦੇ ਹੋਏ ਮੰਤਰੀ ਮੰਡਲ ਨੇ 15 ਜਨਵਰੀ 1916 ਤੋਂ ਉਹਨਾਂ ਦੇ ਤਨਖਾਹ ਸਕੀਲਨ ਨੂੰ ਸੋਧ ਕੇ 1 ਅਕਤੂਬਰ 2022 ਤੋਂ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਸਰਕਾਰੀ ਕਾਲਜਾਂ ਵਿੱਚ ਡਿਜੀਟਿੰਗ ਰਿਸੋਰਸ ਫੈਕਲਟੀ ਨਿਯੁਕਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ ਮੰਤਰੀ ਮੰਡਲ ਨੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਦੇ ਮਾਨ ਪੱਤਾ ਵਧਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਈ 1020 ਅਸਾਮੀਆਂ ਸਿਰਜਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪ੍ਰਧਾਨ ਮੰਤਰੀ ਟੀਵੀ ਮੁਕਤ ਭਾਰਤ ਅਭਿਆਨ ਦੀ ਕੀਤੀ ਸ਼ੁਰੂਆਤ ਅ ਤਹਿਤ ਸਾਲ 2022 ਲਈ ਦੇਸ਼ ਦੇ ਸਾਰੇ ਸੂਬਿਆਂ ਵਿੱਚ ਚੁਣੇ ਗਏ 52 ਜ਼ਿਲ੍ਹਿਆਂ ਵਿੱਚੋਂ ਮੋਗਾ ਜ਼ਿਲ੍ਹੇ ਦੇ ਟੀਵੀ ਪ੍ਰੋਗਰਾਮ ਨੂੰ ਕਾਂਸੇ ਦੇ ਤਮਕੇ ਨਾਲ ਨਮਾਜਿਆ ਗਿਆ ਇਸ ਮਾਨਮਤੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਵਿਭਾਗ ਨੂੰ ਵਧਾਈ ਦਿੱਤੀ ਹੈ ਰਾਸ਼ਟਰੀ ਟੀਵੀ ਖਾਤਮਾ ਅਭਿਆਨ ਹੇਰ ਜ਼ਿਲ੍ਹਾ ਮੋਗਾ ਵਿੱਚ ਮੌਜੂਦਾ ਸਮੇਂ 1200 ਮਰੀਜ਼ਾਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਟੀਵੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੁਝ ਦਵਾਈਆਂ ਖਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਇਹ ਦਵਾਈਆਂ ਵੀ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਨੇ ਲੁਧਿਆਣਾ ਦੀ ਇੱਕ ਅਦਾਲਤ ਨੇ ਬਹੁ ਕਰੋੜੀ ਟੈਂਡਰ ਘੁਟਾਲਾ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂਦੀ ਜਮਾਂਦਰਜੀ ਰੱਦ ਕਰ ਦਿੱਤੀ ਹੈ ਅਦਾਲਤ ਨੇ ਬੀਤੇ 6 ਸਤੰਬਰ ਨੂੰ ਜ਼ਮਾਨਤ ਪਟੀਸ਼ਨ ਤੇ ਦਲੀਲਾਂ ਸੁਣਨ ਮਗਰੋਂ ਆਪਣਾ ਫੈਸਲਾ ਰੱਖਮ ਰੱਖਿਆ ਸੀ ਇਸ ਨਾਲ ਭਾਰਤ ਪੋਸ਼ਣ ਆਸ਼ੂ ਦੇ ਪੀਏ ਇੰਦਰਜੀਤ ਸਿੰਘ ਇੰਦੀ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ। ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਢਾਲੀਵਾਲ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਆਪਣੇ ਦੌਰੇ ਦੌਰਾਨ ਸਕੂਲਾਂ ਵਿੱਚ ਮਿਡ-ਡੇ ਮੀਲ ਅੰਗਰਵਾੜੀ ਸੈਂਟਰ ਤੇ ਰਾਸ਼ਨ ਡਿਪੋ ਦੀ ਜਾਂਚ ਕੀਤੀ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਸਕੀਮ ਤਹਿਤ ਲਾਭਪਾਤਰੀ ਲਾਹ ਲੈਣ ਤੋਂ ਵਾਂਝੇ ਨਾ ਰਹਿਣ ਅਤੇ ਹਰ ਯੋਗ ਲਾਭਪਾਤਰੀ ਨੂੰ ਸਕੀਮ ਦਾ ਬਣਦਾ ਲਾਭ ਦਿੱਤਾ ਜਾਵੇ। ਫਾਜ਼ਿਲਕਾ ਵਿਖੇ ਮੁੰਡਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਹਨਾਂ ਮਿੱਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਬਾਰੇ ਬੱਚਿਆਂ ਨਾਲ ਗੱਲਬਾਤ ਕੀਤੀ। ਕੂੜੇ ਦੇ ਪ੍ਰਬੰਧਨ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਪਿੰਡ ਪਹਾਟਾ ਕਲਾਂ ਇੱਕ ਮਾਡਲ ਬਣ ਕੇ ਉਭਰਿਆ ਹੈ। ਪਿੰਡ ਵਿੱਚ ਕੂੜੇ ਦੇ ਸਵੱਛਤਾ ਪ੍ਰਬੰਧਨ ਨਾਲ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਇਸ ਬੰਦੀ ਯਤਨ स्वच्छ ਭਾਰਤ ਮਿਸ਼ਨ ਗ੍ਰਾਮਿੰਡ ਦੇ ਦੂਜੇ ਪੜਾਅ ਤਹਿਤ ਕੀਤੇ ਗਏ ਤੇ ਇਹ ਪਿੰਡ ਸਾਫ ਸਫਾਈ ਵਿੱਚ ਮੋਰੀ ਬਣ ਗਿਆ। ਜਲ ਸਪਲਾਈ ਤੇ ਸੈਨੀਟੇਸ਼ਨ ਮਹਿਕਮੇ ਦੇ ਕਾਰਜਕਾਰੀ ਇੰਜੀਨੀਅਰ ਪੁਨੀਤ ਪਸ਼ਤੀਨ ਮੁਤਾਬਕ ਕੂੜੇ ਦੇ ਢੇਰਾਂ ਤੋਂ ਆਉਣ ਵਾਲੀ ਬਦਬੂ ਨੇ ਲੋਕਾਂ ਨੂੰ ਕੂੜੇ ਦੇ ਪ੍ਰਬੰਧਨ ਬਾਰੇ ਸੋਚਣ ਤੇ ਮਜਬੂਰ ਕੀਤਾ। ਦੇ स्वच्छ ਭਾਰਤ ਮਿਸ਼ਨ ਗ੍ਰਾਮਿੰਡ ਤੇ ਮगन ਰੇਗਾ ਤਹਿਤ ਪਿੰਡ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਿਆ ਏ। ਟੋਸ ਰੈਹੰਦ ਖੂਨਦ ਪ੍ਰਬੰਧਨ ਅਲਾਰਟ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਸੰਚਾਲਨ ਪਿੰਡ ਦੀ ਚਾਰ ਮੈਂਬਰੀ ਕਮੇਟੀ ਕਰਦੀ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਪਿੰਡ ਪੰਚਾਇਤ ਅਤੇ ਸੈਨੀਟੇਸ਼ਨ ਮਹਿਕਮੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਵਿੱਚ ਅੱਜ ਇਹ ਪਿੰਡ ਮਿਸਾਲ ਬਣ ਗਿਆ ਹੈ ਉੱਤਰਪਾਰਤ ਦਾ ਪ੍ਰਸਿੱਧ ਸਿੱਧ ਬਾਬਾ ਸੋਡਲ ਦਾ ਮੁੱਖ ਮੇਲਾ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਮੁੱਖ ਮੇਲਾ ਭਾਵੇਂ ਖਤਮ ਹੋ ਚੁੱਕਾ ਹੈ ਪਰ ਇਸ ਦੀਆਂ ਰੌਣਕਾਂ ਦੋ ਦਿਨਾਂ ਲੱਗੀਆਂ ਰਹਿਣਗੀਆਂ ਬਾਬਾ ਸੋਢਲ ਮੰਦਿਰ ਵਿੱਚ ਭਾਰੀ ਗਿਣਤੀ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਵਾਈ ਲੋਕ ਆਪਣੀਆਂ ਮੰਤਾਂ ਪੂਰੀਆਂ ਹੋਣ ਘਰ ਵਿੱਚ ਖੁਸ਼ੀਆਂ ਆਉਣ ਤੇ ਢੋਲ ਵਾਜਾਂ ਨਾਲ ਮੰਦਿਰ ਵਿੱਚ ਮੱਥਾ ਟੇਕਣ ਲਈ ਆਉਂਦੇ ਨੇ ਇਸ ਮੌਕੇ ਸਮਾਜਿਕ ਜਥੇਬੰਦੀ ਯੁਵਾ ਪ੍ਰਤਾਪ ਮੰਚ ਬਸਤੀ ਗੁੱਜਾਂ ਵੱਲੋਂ ਕੱਲ ਵਿਪਨ ਸ਼ਰਮਾ ਦੀ ਅਗਵਾਈ ਹੇਠ ਲੰਗਰ ਦਾ ਆਯੋਜਨ ਕੀਤਾ ਗਿਆ ਸਾਫ ਕਾ ਮੰਤਰੀ ਮਨੋਜਨ ਕਾਲਿਆ ਨੇ ਵੀ ਲੰਗਰ ਵਰਤਾਇਆ ਇਸ ਤੋਂ ਇਲਾਵਾ ਮੰਦਰ ਨੂੰ ਜਾਂਦੇ ਵੱਖ-ਵੱਖ ਰਸਤਿਆਂ ਤੇ ਵੀ ਕਈ ਹੋਰ ਸੰਸਥਾਵਾਂ ਵੱਲੋਂ ਠੰਡੇ ਮਿੱਠੇ ਜਲਦੀਆਂ ਛਬੀਲਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੇ ਲੰਗਰ ਲਗਾਏ ਗਏ ਨੰਦ ਚੌਧਰਸ ਦੇ ਉਸ ਮੌਕੇ ਭਗਵਾਨ ਸ਼੍ਰੀ ਗਣੇਸ਼ ਚੀ ਦੀ 10 ਦਿਨ ਤੱਕ ਕੀਤੀ ਪੂਜਾ ਮਗਰੋਂ ਸ਼੍ਰੀ ਗਣੇਸ਼ ਚੀ ਦੀਆਂ ਮੂਰਤੀਆਂ ਦਾ ਵਿਸਰਜਨ ਵੱਖ-ਵੱਖ ਦਰਿਆਵਾਂ ਤੇ ਨਹਿਰਾਂ ਦੇ ਕੰਢਿਆਂ ਤੋਂ ਕੀਤਾ ਗਿਆ ਲੋਕਾਂ ਨੇ ਆਪਣੇ ਆਪਣੇ ਮੂਹਰਤ ਮੁਤਾਬਕ ਇਹ ਵਿਸਰਜਨ ਕੀਤਾ ਗਣੇਸ਼ ਚੀ ਦੀਆਂ ਮੂਰਤੀਆਂ ਨੂੰ ਲੋਕੀਂ ਆਪਣੇ ਘਰਾਂ ਤੋਂ ਵਿਸਰਜਣ ਵਾਲੀਆਂ ਥਾਵਾਂ ਤੇ ਢੋਲ ਠਮਾਕਿਆਂ ਦੀ ਗੂੰਜ ਵਿਚਾਲੇ ਲੈ ਕੇ ਗਏ ਜਲੰਧਰ ਚਲੇ ਦੇ ਬਿਆਸ ਕਸਬੇ ਲੱਗੇ ਬਿਆਸ ਦਰਿਆ ਤੇ ਵੀ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਨਤ ਲੱਗਿਆ ਰਿਹਾ ਸ਼ਾਦਾਲੂ ਨੇ ਪੂਰੇ ਵਿਧੀ ਵਿਧਾਨ ਨਾਲ ਸ਼੍ਰੀ ਕ੍ਰਿਸ਼ਨਾ ਚੀਤਾ ਵਿਸਰਜਨ ਕੀਤਾ ਖਬਰਾਂ ਦੇ ਬਲੈਟਨ ਸਾਡੇ ਦਰਸ਼ਕ ਆਰ ਐਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਬਲੈਟਨ ਦੇਖੀਏ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਰਾਜ ਵਿਗਿਆਨ ਸਮਿਲਨ ਦਾ ਅੱਜ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਨਗੇ ਪ੍ਰਦੇਸ਼ ਮੰਤਲ ਦੇ ਅਨੁਸਾਰ ਭਾਰਤ ਤੇ ਚੀਨ ਦੇ ਫੌਜੀ ਸੋਮਵਾਰ ਤੱਕ ਗੋਗਰਾ ਹੌਟਸਪ੍ਰਿੰਗ ਤੋਂ ਪੂਰੀ ਤਰ੍ਹਾਂ ਹਟ ਜਾਣਗੇ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਆ ਭਾਰਤੀ ਫੌਜ ਸੈਨਾ ਅਤੇ ਹਵਾਈ ਸੈਨਾ ਨੇ ਕੀਤਾ ਅਭਿਆਸ ਨਰਮੇਦੀ ਫਸਲ ਤੇ ਆੜਤ ਬਾਰੇ ਫੈਸਲਾ ਲੈਣ ਲਈ ਨੋ ਮੈਂਬਰੀ ਕਮੇਟੀ ਦਾ ਗਠਨ ਪੰਜਾਬ ਮੰਤਰੀ ਮੰਡਲ ਵੱਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਯੂਜੀਸੀ ਦੇ ਤਨਖਾਹ ਸਕੇਲ ਨੂੰ ਪ੍ਰਵਾਨ ਕੀਤਾ ਇਸੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੋਇਆ اجازت ਦਿਓ ਨਮਸਕਾਰ